ਸੈਸ਼ਨ ਦੇ ਨਾਲ ਸਭ ਤੋਂ ਪਹਿਲੇ ਸੈਸ਼ਨ ਦੇ ਲਿੰਕ ਨੂੰ ਕਾਪੀ ਕਰੋ ਤੇ ਜਿੰਨੇ ਵੀ ਤੁਹਾਡੇ ਫਰੈਂਡਸ ਨੇ ਜਿਹੜੇ ਵੀ ਪੰਜਾਬ ਪਟਵਾਰੀ ਪੀਐਸਸੀਬੀ ਕਲਰਕ ਜਾਂ ਕਿਸੇ ਵੀ ਹੋਰ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਸੈਸ਼ਨ ਸ਼ੇਅਰ ਕਰ ਦਿਓ ਆਪਾਂ ਸਟਾਰਟ ਕਰਾਂਗੇ ਅੱਜ ਦਾ ਸੈਸ਼ਨ ਅੱਜ ਦੇ ਸੈਸ਼ਨ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਉਹਨਾਂ ਨਿਊਜ਼ ਨੂੰ ਜਿਨ੍ਹਾਂ ਨੂੰ ਕੱਲ ਆਪਾਂ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਹਨਾਂ ਦੀ QUICK ਰਿਵੀਜ਼ਨ ਕਰਾਂਗੇ ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਸਟੇਟ ਦੇ ਵੱਲ ਤੇ ਫਿਰ ਡਿਸਕਸ ਕਰਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ ਐਮਸੀਕਿਊ ਫਾਰਮ ਦੇ ਵਿੱਚ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਕਰ ਦਿਓ ਇਸ ਤੋਂ ਇਲਾਵਾ ਅਗਰ ਚੈਨਲ ਨੂੰ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਦੇ ਲਈ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕੋਈ ਵੀ ਪੈਕੇਜ ਬਾਈ ਕਰਨਾ ਚਾਹੁੰਦੇ ਹੋ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਦਾ ਜਾਂ ਪੀਐਸਸੀਬੀ ਕਲਰਕ ਐਗਜ਼ਾਮ ਦਾ ਅਗਰ ਕੋਈ ਪੈਕੇਜ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ਨੂੰ ਕਲਿੱਕ ਕਰਕੇ ਵੈਬਸਾਈਟ ਨੂੰ ਵਿਜ਼ਿਟ ਜ਼ਰੂਰ ਕਰੋ ਤੇ ਉਸ ਤੋਂ ਬਾਈ ਕਰੋ ਜਿਹੜਾ ਵੀ ਤੁਸੀਂ ਪੈਕੇਜ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੇ ਆਪਣੀ ਪ੍ਰੈਪਰੇਸ਼ਨ ਸ਼ੁਰੂ ਕਰ ਦਿਓ ਐਗਜ਼ਾਮ ਕਿਸੇ ਵੀ ਟਾਈਮ ਹੋ ਸਕਦੇ ਨੇ ਕਿਸੇ ਵੀ ਟਾਈਮ ਨੋਟੀਫਿਕੇਸ਼ਨ ਆ ਸਕਦੀ ਹੈ ਤੁਹਾਨੂੰ ਪੀਐਸਸੀਬੀ ਕਲਰਕ ਐਗਜ਼ਾਮ ਦੀ ਆਪਾਂ ਸਟਾਰਟ ਕਰਦੇ ਆ ਅੱਜ ਦਾ ਸੈਸ਼ਨ ਅੱਜ ਦੇ ਸੈਸ਼ਨ ਦੇ ਵਿੱਚ ਸਭ ਤੋਂ ਪਹਿਲੇ 4 ਜੂਨ 4 ਜੂਨ ਇਜ਼ ਅਬਜ਼ਰਵਡ ਐਜ਼ ਇੰਟਰਨੈਸ਼ਨਲ ਡੇ ਆਫ ਇਨੋਸੈਂਟ ਚਿਲड्रन ਵਿਕਟਿਮਸ ਆਫ ਐਗਰੈਸ਼ਨ ਇੰਟਰਨੈਸ਼ਨਲ ਡੇ ਆਫ ਇਨੋਸੈਂਟ ਚਿਲड्रन ਵਿਕਟਿਮ ਆਫ ਐਗਰੈਸ਼ਨ इस दिन कदों ओबरव किया गया फोर्थ ऑफ जून न फोर्थ जून न इस दिन ओबजर्व किया गया नैक्सट है मोहम्मद अब्दुल मैनन मोहम्मद अब्दुल मैनन इन्ह द्वारा एक बुक रिलीज की गई बिहाइंड द मास्क बिहाइंड द मास्क बुक कि रिजली गई मुहम्मद अब्दुल मैनन द्वारा मुहम्मद अब्दुल मैनन द्वारा नैक्सट है ट्वेंटी फाइव डे खेलो इंडिया ਕਮਿਊਨਿਟੀ ਕੋਚ ਡਿਵੈਲਪਮੈਂਟ ਪ੍ਰੋਗਰਾਮ 25 ਦਿਨ ਦਾ ਖੇਲੋ ਇੰਡੀਆ ਕਮਿਊਨਿਟੀ ਕੋਚ ਡਿਵੈਲਪਮੈਂਟ ਪ੍ਰੋਗਰਾਮ ਇਹ ਲਾਂਚ ਕੀਤਾ ਗਿਆ ਸਪੋਰਟਸ ਐਂਡ ਯੂਥ ਵੈਲਫੇਅਰ ਮਿਨਿਸਟਰ ਦੁਆਰਾ ਸਪੋਰਟਸ ਐਂਡ ਯੂਥ ਵੈਲਫੇਅਰ ਮਿਨਿਸਟਰ ਕਿਰਨ ਰਿਜੀਜੂ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਕਿਸ ਨੂੰ ਲਾਂਚ ਕੀਤਾ ਗਿਆ 25 ਡੇ ਖੇਲੋ ਇੰਡੀਆ ਕੋਚ ਡਿਵੈਲਪਮੈਂਟ ਪ੍ਰੋਗਰਾਮ ਨੈਕਸਟ ਹੈ ਇੰਡੀਆ ਹੈਜ਼ ਸਾਈਨਡ ਐਨ ਐਮਓਯੂ ਫਾਰ এনवायरमेंट ਵਿਦ ਭੂਟਾਨ ਇੰਡੀਆ ਨੇ ਭੂਟਾਨ ਦੇ ਨਾਲ ਐਮਓਯੂ ਸਾਈਨ ਕੀਤਾ ਭੂਟਾਨ ਦੇ ਨਾਲ ਐਮਓਯੂ ਸਾਈਨ ਕੀਤਾ ਕਿਸ ਦੇ ਲਈ এনवायरमेंट ਦੇ ਲਈ ਇੰਡੀਆ ਰੈਂਕਸ ਐਟ 23rd ਪਲੇਸ ਇਨ 2020 스타ਟਅਪ ਇਕੋਸਿਸਟਮ ਰੈਂਕਿੰਗ 2020 스타ਟਅਪ ਇਕੋਸਿਸਟਮ ਰੈਂਕਿੰਗ ਰਿਪੋਰਟ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਆਇਆ 23rd ਇੰਡੀਆ ਕਿੰਨੇਵੇਂ ਰੈਂਕ ਤੇ ਹੈ 23rd ਰੈਂਕ ਤੇ ਹੈ ਜਿਸ ਨੂੰ ਟੌਪ ਕੀਤਾ ਗਿਆ ਯੂਐਸਏ ਦੁਆਰਾ ਯੂਐਸਏ ਦੁਆਰਾ ਇਸ ਨੂੰ ਟੌਪ ਕੀਤਾ ਗਿਆ प्रदीप कुमार प्रदीप कुमार अपॉइंट किए गए न्यू मिनिस्ट्री ऑफ स्टील स्टील दे स्टील मिनिस्टरी के सैक्रेटरी अपॉइंट किए गए सैक्रेटरी ऑफ मिनिस्ट्री ऑफ स्टील कल भी दसा जी अपना स्टील मिनिस्टरी कि लवे धर्मेंद्र प्रधान लवे धर्मेंद्र प्रधान लवे विक्रम मल्होत्रा विक्रम मल्होत्रा अप नोमीनेट किया गया एक अवार्ड के लिए दिता नहीं गया हजे अजे नोमीनेट किया गया पीएसए स्कुश चैलेंजर टूर मैनज़ प्लेयर ऑफ द ईयर अवार्ड पीएसए स्कैश चैलेंजर टूर मैनज प्लेयर ऑफ द ईयर अवार्ड दे रही हैडकुआर है। है। इस लीडज यूकेीड्स यूके हैडकुआर है नैक्सट राजस्थान राजस्थान हैज़ ऑकूपाइड फर्स्ट रैंक इन कोविड नाइनटीन मैनेजमेंट इंडैक्स कोविड नाइनटीन मैनेजमेंट इंडैक्स की गल करिए इस राजस्थान ने फर्स्ट रैंक हासिल किया जिसनों दस स्टेट एनालाइज किया गया सी सेंट्रल गवर्नमेंट द्वारा दस स्टेट्स एनालाइज़ किया गया जिस राजस्थान ने फस्ट रैंक हासिल किया नैक्सट है गौरमेंट हैज लॉन्च स्वदेश स्वदेश लॉन्च किया गौरमेंट ने स्वदेश की फुलफॉर्म सब तो पहले याद रखनी है स्किल्ड वर्करस अराइवल डाटाबेस फॉर एम्पलॉयमेंट सपोर्ट स्किल्ड वर्करस अराइवल डाटाबेस फॉर एम्पलॉयमेंट सपोर्ट ਟੂ ਕੰਡਕਟ ਅ ਸਕਿੱਲ ਮੈਪਿੰਗ ਐਕਸਰਸਾਈਜ਼ ਸਕਿੱਲ ਮੈਪਿੰਗ ਐਕਸਰਸਾਈਜ਼ ਕੰਡਕਟ ਕੀਤੀ ਜਾਂਦੀ ਹੈ ਫॉर ਪਰਸਨਸ ਰਿਟਰਨਿੰਗ ਟੂ ਇੰਡੀਆ ਅੰਡਰ ਵੰਦੇ ਭਾਰਤ ਮਿਸ਼ਨ ਸਭ ਤੋਂ ਪਹਿਲੇ ਸਿਵਿਲ ਐਵੀਏਸ਼ਨ ਮਿਨਿਸਟਰੀ ਨੇ ਲਾਂਚ ਕੀਤਾ ਸੀ ਵੰਦੇ ਭਾਰਤ ਮਿਸ਼ਨ ਵੰਦੇ ਭਾਰਤ ਮਿਸ਼ਨ ਜਿਸ ਦੇ ਅੰਡਰ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਹੁਣ ਉਹਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਤਾਂ ਉਹਨਾਂ ਦੇ ਇੱਕ ਡਾਟਾ ਰਿਕਾਰਡ ਕੀਤਾ ਜਾਏਗਾ ਜਿਸ ਦੇ ਨਾਲ ਇਸ ਦੇ ਵਿੱਚ ਲਿਖਿਆ ਜਾਏਗਾ ਕਿ ਉਹ ਕਿਹੜੀ स्किल अच्छे ने किड़े काम ताकि उन्होंने उस तरीके का वर्क प्रोवाइड किया जा सके नैक्सट रवीश कुमार रविश कुमार अपॉइंट किए गए एम्बैसडर ऑफ इंडिया टू फिनलैंड एम्बैसडर ऑफ इंडिया टू फिनलैंड सी बी जॉर्ज सीबी जॉर्ज अपॉइंट किए गए एम्बैसडर ऑफ इंडिया टू कुवैत कुवैत केडर अपॉइंट किए गए सी जॉर्ज और फिनलैंड अपॉइंट किए गए रविश कुमार इस अलावा याद रखना ਸੀਬੀ ਜੋਰਜ ਸਿੰਗਾਪੁਰ ਸੌਰੀ ਸਵਿਟਜ਼ਰਲੈਂਡ ਦੇ ਵੀ ਨੇ ਸਵਿਟਜ਼ਰਲੈਂਡ ਦੇ ਵੀ ਐਮਬੈਸਡਰ ਨੇ ਨੈਕਸਟ ਹੈ ਕ੍ਰਿਤਿਕਾ पांडे ਕ੍ਰਿਤਿਕਾ पांडे ਨੂੰ ਇੱਕ ਅਵਾਰਡ ਦਿੱਤਾ ਗਿਆ ਅਵਾਰਡ ਦਿੱਤਾ ਗਿਆ ਵਿਦ ਰੀਜਨਲ ਅਵਾਰਡ ਫਾਰ ਰਸ਼ੀਆ ਰੀਜਨਲ ਅਵਾਰਡ ਫਾਰ ਰਸ਼ੀਆ ਕਿਹੜਾ ਅਵਾਰਡ ਦਿੱਤਾ ਗਿਆ ਕਾਮਨਵੈਲਥ ਸ਼ਾਰਟ ਸਟੋਰੀ ਪ੍ਰਾਈਜ਼ ਕਾਮਨਵੈਲਥ ਸ਼ਾਰਟ ਸਟੋਰੀ ਪ੍ਰਾਈਜ਼ ਕਾਮਨਵੈਲਥ ਸ਼ਾਰਟ ਸਟੋਰੀ ਪ੍ਰਾਈਜ਼ ਕਿਸ ਨੂੰ ਦਿੱਤਾ ਗਿਆ ਕ੍ਰਿਤਿਕਾ पांडे ਨੂੰ ਕ੍ਰਿਤਿਕਾ ਪਾਂਡੇ ਨੂੰ ਬੁੱਕ ਹੈ ધ ਗ੍ਰੇਟ ਇੰਡੀਅਨ ਟੀ ਐਂਡ 스ਨੇਕਸ ਦਿੱਲੀ ધ ਗ੍ਰੇਟ ਇੰਡੀਅਨ ਟੀ ਐਂਡ 스ਨੇਕਸ ਦਾ ਗ੍ਰੇਟ ਇੰਡੀਅਨ ਟੀ ਐਂਡ 스ਨੇਕਸ ਇਸ ਦੇ ਲਈ ਅਵਾਰਡ ਦਿੱਤਾ ਗਿਆ ਨੈਕਸਟ ਹੈ ਵਿਰੇਂਦਰ 나ਥ ਦੱਤ ਵਿਰੇਂਦਰ 나ਥ ਦੱਤ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਐਮ ਡੀ ਐਂਡ ਸੀਈਓ ਦਾ ਐਮ ਡੀ ਐਂਡ ਸੀਈਓ ਕਿਸ ਦਾ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਵਿਰੇਂਦਰ 나ਥ ਦੱਤ ਨੂੰ ਬੀਰੇਂਦਰਨਾਥ ਦੱਤ ਨੂੰ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ 1979 ਦੇ ਵਿੱਚ ਬਣਾਇਆ ਗਿਆ ਸੀ ਹੈੱਡਕੁਆਰਟਰ ਇਸ ਦਾ ਯੂਪੀ ਦੇ ਵਿੱਚ ਹੈ ਹੈੱਡਕੁਆਰਟਰ ਕਿੱਥੇ ਹੈ ਯੂਪੀ ਦੇ ਵਿੱਚ ਉਦੇ ਕੋਟਕ ਉਦੇ ਕੋਟਕ ਜਿਹੜੇ ਕਿ ਕੋਟਕ ਮਹਿੰਦਰਾ ਬੈਂਕ ਦੇ ਹੈੱਡ ਨੇ ਕੋਟਕ ਮਹਿੰਦਰਾ ਬੈਂਕ ਦੇ ਹੈੱਡ ਨੇ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਪ੍ਰੈਜ਼ੀਡੈਂਟ ਕਿਸ ਦਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਯਾਨੀ ਕਿ ਸੀ ਆਈ ਆਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦਾ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਉਦੇ ਕੋਟਕ ਨੂੰ ਉਦੇ ਕੋਟਕ ਨੂੰ 4 2020-2021 1875 ਦੇ ਵਿੱਚ ਸੀਆਈਆਈ ਬਣਾਇਆ ਗਿਆ ਸੀ ਹੈੱਡਕੁਆਰਟਰ ਨਿਊ ਦਿੱਲੀ ਦੇ ਵਿੱਚ ਹੈੱਡਕੁਆਰਟਰ ਨਿਊ ਦਿੱਲੀ ਦੇ ਵਿੱਚ ＷＨＯ ＷＨＯ ਨੇ ਇੱਕ ਅਵਾਰਡ ਦਿੱਤਾ ਵਰਲਡ ਨੋ ਤਬਾਕੂ ਡੇ ਅਵਾਰਡ ਵਰਲਡ ਨੋ ਤਬਾਕੂ ਡੇ ਅਵਾਰਡ ਕਿਸ ਨੂੰ ਦਿੱਤਾ ＷＨＯ ਨੇ ਸੀਡ ਸੀਡਸ ਨਾਮ ਦੇ ਇੱਕ ਐਨ ਜੀਓ ਨੂੰ ਸਭ ਤੋਂ ਪਹਿਲੇ ਸੀਡਸ ਦੀ ਫੁੱਲ ਫਾਰਮ ਕੀ ਹੈ ਸੋਸ਼ੀਓ ਇਕਨੋਮਿਕ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਸੋਸਾਇਟੀ ਸੋਸ਼ੀਓ ਇਕਨੋਮਿਕ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਸੋਸਾਇਟੀ ਸੀਡਸ ਨਾਮ ਦੇ ਇੱਕ ਐਨ ਜੀਓ ਨੂੰ ਕਿਸ ਦੇ ਲਈ ਫੋਰ ਇਟਸ ਐਫਰਟਸ ਟੂ ਬੈਨ ਪਾਨ ਮਸਾਲਾ ਗੁਟਕਾ ਜਰਦਾ ਐਕਸਟਰਾ ਇਨ ਬਿਹਾਰ ਐਂਡ ਝਾਰਖੰਡ ਬਿਹਾਰ ਔਰ ਝਾਰਖੰਡ ਦੇ ਵਿੱਚ ਗੁਟਕਾ ਪਾਨ ਮਸਾਲਾ ਇਹਨਾਂ ਚੀਜ਼ਾਂ ਨੂੰ ਬੈਨ ਕਰਵਾਉਣ ਦੇ ਇਹਨਾਂ ਦੇ ਐਫਰਟਸ ਦੇ ਲਈ ਸੀਡ ਨਾਮ ਦੇ ਐਨਜੀਓ ਨੂੰ WHO ਨੇ ਵਰਲਡ ਨੋ ਤਬਾਕੂ ਡੇ ਅਵਾਰਡ ਦਿੱਤਾ ਨੈਕਸਟ ਹੈ ਕੇਰਲਾ ਗਵਰਨਮੈਂਟ ਕੇਰਲਾ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕੇ ਫੋਨ ਕੇ ਫੋਨ ਪ੍ਰੋਜੈਕਟ ਕੇ ਫੋਨ ਪ੍ਰੋਜੈਕਟ ਅਨਾਉਂਸ ਕੀਤਾ ਕੇ ਫੋਨ ਦਾ ਫੁੱਲ ਫੋਰਮ ਹੈ ਕੇਰਲਾ ਫਾਈਬਰ ਆਪਟਿਕ ਨੈਟਵਰਕ ਕੇਰਲਾ ਫਾਈਬਰ ਆਪਟਿਕ ਨੈਟਵਰਕ ਕੇਰਲਾ ਫਾਈਬਰ ਆਪਟਿਕ ਨੈਟਵਰਕ ਕੇਰਲਾ ਦੁਆਰਾ ਲਾਂਚ ਕੀਤਾ ਗਿਆ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇੰਟਰਨੈਟ ਨੂੰ ਫੰਡਾਮੈਂਟਲ ਰਾਈਟ ਵੀ ਡਿਕਲੇਅਰ ਕੀਤਾ ਇਸਨੇ ਇੰਟਰਨੈਟ ਨੂੰ ਫੰਡਾਮੈਂਟਲ ਰਾਈਟ ਡਿਕਲੇਅਰ ਕੀਤਾ ਨੈਕਸਟ ਹੈ ਅਜਾਪਾ ਜਿਹੜੇ ਮਿਨਿਸਟਰ ਡਿਸਕਸ ਕਰ ਰਹੇ ਹਾਂ ਇਸ ਤੋਂ ਬਾਅਦ ਪੰਜਾਬ ਦੀ ਕੈਬਨਿਟ ਕੰਪਲੀਟ ਹੁੰਦੀ ਹੈ ਪੰਜਾਬ ਦੇ 18 ਮਿਨਿਸਟਰਸ ਆਪਾਂ ਡਿਸਕਸ ਕਰ ਚੁੱਕੇ ਹਾਂ ਸਭ ਤੋਂ ਪਹਿਲੇ ਆਪਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਡਿਸਕਸ ਕੀਤਾ ਸੀ ਉਸ ਤੋਂ ਬਾਅਦ ਚਾਰ-ਚਾਰ ਕਰਕੇ ਆਪਾਂ ਨੇ ਦੋ ਦਿਨ ਮਿਨਿਸਟਰ ਡਿਸਕਸ ਕੀਤੇ ਨੇ 3 ਦਿਨ ਸੋਰੀ ਚਾਤੀਆ 12 13 ਔਰ ਇੱਕ 5 ਇਹ 18 ਮਿਨਿਸਟਰਸ ਟੋਟਲ स्ट्रेंथ कि पंजाब कैबिनेट दिनीन चीफ मिनिस्टर मिला के गुरप्रीत कंगर रेवेन्यू मिनिस्टर है और डिजास्टर मैनेजमेंट मिनिस्टर ने रेवेन्यू और डिजास्टर मैनेजमेंट मिनिस्ट्री है एम एल ए ने रामपुरा फूल तो रामपुरा फूल तो एम एल ए ने गुरप्रीत कंगर बलबीर सिद्धू बलबीर सिद्धू हेल्थ एंड फैमिली वैलफेयर मिनिस्टर ने हेल्थ एंड फैमिली वैलफेयर मिनिस्टर ने और इस तो अलावा इन्होंने लवे लेबर मिनिस्ट्री है एस एस नगर तो यह एम एल ए ने एस ए एस नगर तो एम एल ए ने विजेंद्र सिंगला विजेंद्र सिंगला इंपोर्टेंट वे स्कूल एजुकेशन स्कूल एजुकेशन मिनिस्ट्री है और पीडब्ल्यूडी डी है दो नाम यार रखने बलबीर सिद्धू हेल्थ मिनिस्टर ने विजेंद्र सिंगला स्कूल एजुकेशन मिनिस्टर ने इसके अलावा पब्लिक वर्क डिपार्टमेंट है संगरूर तो यह एम एल ए ने सुंदर श्याम अरोड़ा कॉमर्स एंड इंडस्ट्रीज मिनिस्ट्री है कॉमर्स एंड इंडस्ट्रीज मिनिस्ट्री है सुंदर श्याम अरोड़ा लवे हुशियारपुर तो हुशियारपुर तो यहम एल ए ने भरत भूषण आशु भरत भूषण आशु फूड एंड कंज्यूमर अफेयर्स मिनिस्टर ने और लुधियाना वेस्ट लुधियाना वेस्ट तो यह एम एल ए ने लुधियाना वैसट तो एम एल ए ने ठीक है जी नैक्सट है अजद फस्ट क्वेश्चन डिस्कस कर दें हैं। विच डे इज ऑबजर्वड एज वर्ल्ड एनवायरमेंट डे वर्ल्ड एनवायरमेंट डे वर्ल्ड एनवायरमेंट डे किस दिन ऑबजर्व किया गया वर्ल्ड एनवायरमेंट डे ऑबजर्व किया गया फिफ्थ ऑफ जून फिफ्थ ऑफ जून अज तक अज फिफ्थ कल अज सिक्सथ जून है तो आप अज तक पां दिन डिस्कस कर चुके हैं व फस्ट जून सैकेंड जून थर्ड जून फोर्थ जून और फिफ्थ जून फस्ट जून न ਆਪਾਂ ਨੇ ਡੇ ਡਿਸਕਸ ਕੀਤਾ ਸੀ ਮਿਲਕਡੇ ਵਰਲਡ ਮਿਲਕਡੇ ਇਸ ਤੋਂ ਇਲਾਵਾ ਗਲੋਬਲ ਡੇ ਆਫ ਪੇਰੈਂਟਸ 2 ਜੂਨ ਨੂੰ ਤੇਲੰਗਾਨਾ ਦਾ ਫਾਊਂਡੇਸ਼ਨ ਡੇ ਆਬਜ਼ਰਵ ਕੀਤਾ ਸੀ ਤੇਲੰਗਾਨਾ ਦਾ ਫਾਊਂਡੇਸ਼ਨ ਡੇ ਆਬਜ਼ਰਵ ਕੀਤਾ ਸੀ 2 ਜੂਨ ਨੂੰ 3 ਜੂਨ ਦੀ ਗੱਲ ਕਰੀਏ ਜੇ ਆਪਾਂ 3 ਜੂਨ ਨੂੰ ਆਪਾਂ ਨੇ ਡਿਸਕਸ ਕੀਤਾ ਵਰਲਡ ਬਾਈਸਾਈਕਲ ਡੇ ਵਰਲਡ ਬਾਈਸਾਈਕਲ ਡੇ 4 ਜੂਨ ਨੂੰ International Day of Innocent Children uh, Victim of Aggression ਇਹ ਆਪਾਂ ਹੁਣੇ ਡਿਸਕਸ ਕੀਤਾ ਇਨੋਸੈਂਟ ਚਿਲड्रन विक्टिम ऑफ अग्रेसਨ ਸਮਥਿੰਗ ਇਸ ਤਰੀਕੇ ਦਾ ਡੇ 4th ਜੂਨ ਨੂੰ ਆਪਾਂ ਨੇ ਡਿਸਕਸ ਕੀਤਾ ਠੀਕ ਹੈ ਔਰ 5th ਜੂਨ ਨੂੰ 5th ਜੂਨ ਨੂੰ ਕਿਹੜਾ ਦਿਨ ਅਬਜ਼ਰਵ ਕੀਤਾ ਗਿਆ World Environment Day World Environment Day ਅਬਜ਼ਰਵ ਕੀਤਾ ਗਿਆ 5th ਆਫ ਜੂਨ ਨੂੰ ਠੀਕ ਹੈ ਹੁਣ ਇਸ ਦੀ ਥੀਮ ਇੰਪੋਰਟੈਂਟ ਬਣਦੀ ਹੈ ਇਸ ਦੀ ਥੀਮ ਰਹੀ ਸੀ ਬਾਇਓ ਡਾਈਵਰਸਿਟੀ ਬਾਇਓ ਡਾਈਵਰਸਿਟੀ बायोडाइवर्सिटी इज इसकी थीम रही थी वर्ल्ड इनवायरमेंट डे द थीम रही थी बायोडाइवर्सिटी नैक्सट हु हैज लॉन्च पैन इंडिया रियल टाइम मार्केट इन इलेक्ट्रिसिटी थ्रो वीडियो कॉन्फ्रेंसिंग इन न्यू दिल्ली इंपॉर्टेंट क्वेश्चन है कि पैन इंडिया रियल टाइम मार्केट लॉन्च की पैन इंडिया रियल टाइम मार्केट इलैक्ट्रिसिटी के लॉन्च वीडियो कॉन्फ्रेंसिंग के राही न्यू दिल्ली किसने लॉन्च की तो ऑब्वियस है किसने लॉन्च की होगी इलेक्ट्रिसिटी मिनिस्टर यानी कि पावर मिनिस्टर ने और पावर मिनिस्टर कौन ने अपने राजकुमार सिंह आर के सिंह भी कह जाता है आर के सिंह पावर मिनिस्टर ने इस तो अलावा रीन्यूएबल एनर्जी मिनिस्टर ने और यह आरा बिहार तो आरा बिहार तो लोकसभा एमपी ने राह इंद्रजीत सिंह लवे गुरुग्राम हरियाणा तो लोग सभा एम पी ने और इन्होंने लगे प्रोग्राम एंड स्टैटिस्टिक्स इंप्लीमेंटेशन मिनिस्टरी है इन्होंने लवे पलैनिंग मिनिस्टरी है और स्टैटिस्टिक्स एंड प्रोग्राम इंप्लीमेंटेशन है स्टैटिस्टिक्स एंड प्रोग्राम इंप्लीमेंटेशन और प्लैनिंग मिनिस्टरी जितेंद्र सिंह डोनर मिनिस्ट्री है ना जितेंद्र सिंह लवे कि मिनिस्ट्री है डोनर मिनिस्ट्री है डेवलपमेंट ऑफ नॉर्थ ईस्ट रीजन डेवलपमेंट ऑफ नॉर्थ ईस्ट रीजन उधमपुर जम्मू एंड कश्मीर तो उधमपुर जम्मू एंड कश्मीर तो लोकसभा एम पी ने मनसुख लाल मंडावी मनसुख लाल मंडाविया राज्यसभा एम पी ने मनसुख लाल मंडाविया राज्यसभा एम पी राज्यसभा एम पी गुजरात तो गुजरात तो राज्यसभा एम पी ने मनसुख लाल मंडाविया इन्होंवे शिपिंग मिनिस्ट्री शिपिंग मिनिस्ट्री है मनसुख लाल लवे हरदीप सिंह पुरी हरदीप सिंह पुरी लवे सब तो पहले हाउसिंग एंड अर्बन अफेयर्स मिनिस्ट्री है इंपॉर्टेंट मिनिस्ट्री है हाउसिंग एंड अर्बन अफेयर्स मिनिस्ट्री ठीक है जी इस अलावा सिविल एविएशन मिनिस्ट्री है सिविल एविएशन मिनिस्ट्री है और यह राज्यसभा एम पी ने उत्तर प्रदेश तो उत्तर प्रदेश तो राज्यसभा एम पी ने अच्छा हाउसिंग एंड अर्बन अफेयर्स तो गल याद आया हुडको हुडको के बारे थोड़ा याद होएगा हाउसिंग एंड अर्बन डेवलपमेंट कारपोरेशन organization something is trick ki di full form is the is the head appoint kite gaye se is the md appoint kite gaye si ohna da naam dasne theek hai ji ohna da naam dasne recently inade head appoint kite gaye si ohna da naam dasne next with which country india has signed nine agreements kedi country ne naal india ne 9 no agreement sign kite including mutual logistics support agreement ਮਿਚੁਅਲ ਲੌਜਿਸਟਿਕ ਸਪੋਰਟ ਐਗਰੀਮੈਂਟ ਸਭ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਗਰੀਮੈਂਟ ਬਣਦਾ ਹੈ ਆਪਣਾ ਇਸਦੇ ਬਾਰੇ ਡਿਟੇਲ ਚ ਡਿਸਕਸ ਕਰਦੇ ਆ ਸਭ ਤੋਂ ਪਹਿਲੇ ਇਸ ਦਾ ਅਨਸਰ ਹੈ ਆਸਟ੍ਰੇਲੀਆ ਇੰਡੀਆ ਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇੱਕ ਮੀਟਿੰਗ ਹੈਲਡ ਕੀਤੀ ਇਹਨਾਂ ਨੇ ਠੀਕ ਹੈ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਸਕਾਟ ਮੋਰੀਸਨ ਸਕਾਟ ਮੋਰੀਸਨ ਸਕਾਟ ਮੋਰੀਸਨ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਮੀਟਿੰਗ ਹੋਈ ਜਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਐਗਰੀਮੈਂਟ ਹੈ ਮਿਊਚੁਅਲ ਲੌਜਿਸਟਿਕ ਮਿਊਚੁਅਲ ਲੌਜਿਸਟਿਕ ਯਾਨੀ ਕਿ ਇਸ ਦਾ ਮਤਲਬ ਕੀ ਹੈ ਕਿ ਅਗਰ ਕੋਈ ਵੀ ਵਾਰ ਹੁੰਦੀ ਹੈ ਜਾਂ ਆਸਟ੍ਰੇਲੀਆ ਦੀ ਕਿਸੇ ਕੰਟਰੀ ਦੇ ਨਾਲ ਜਾਂ ਇੰਡੀਆ ਦੀ ਕਿਸੇ ਕੰਟਰੀ ਦੇ ਨਾਲ ਤਾਂ ਇਹ ਦੋਨੋਂ ਕੰਟਰੀਜ਼ ਇੱਕ ਦੂਜੇ ਦੀ ਹੈਲਪ ਕਰਨਗੀਆਂ ਠੀਕ ਹੈ ਕਿਸ ਤਰੀਕੇ ਨਾਲ ਹੈਲਪ ਕਰਨਗੀਆਂ ਇਹਨਾਂ ਨੂੰ ਫੂਡ ਸਪਲਾਈ ਕਰਨਗੀਆਂ ਠੀਕ ਹੈ ਆਰਮੀ ਸਪਲਾਈ ਕਰਨਗੀਆਂ ਵਗੈਰਾ ਵਗੈਰਾ ਜਿੰਨੀ ਵੀ ਇੰਪੋਰਟੈਂਟ ਫੈਕਟ ਚੀਜ਼ਾਂ ਹੋਣਗੀਆਂ ਵਾਰ ਦੇ ਕਾਰਨ ਜ਼ਰੂਰਤ ਪਵੇਗੀ ਇੱਕ ਕੰਟਰੀ ਨੂੰ ਤਾਂ ਉਹ ਪ੍ਰੋਵਾਈਡ ਕਰੇਗੀ ਔਰ ਇਸ ਐਗਰੀਮੈਂਟ ਦਾ ਇਸ ਟਾਈਮ ਸਾਈਨ ਹੋਣਾ ਜਿਸ ਟਾਈਮ ਇੰਡੀਆ ਔਰ ਚਾਈਨਾ ਦੇ ਵਾਰ ਦੇ ਹਾਲਾਤ ਹੋ ਰਹੇ ਨੇ ਔਰ ਇਸ ਟਾਈਮ ਸਾਈਨ ਹੋਣਾ ਇਸ ਐਗਰੀਮੈਂਟ ਦਾ ਕਾਫੀ ਇੰਪੋਰਟੈਂਟ ਫੈਕਟ ਹੈ ਔਰ ਕੁਐਸ਼ਨ ਪੁੱਛੇ ਜਾਂਦੇ ਕਾਫੀ ਜ਼ਿਆਦਾ ਚਾਂਸਸ ਨੇ ਠੀਕ ਹੈ ਕੁਐਸ਼ਨ ਡਾਇਰੈਕਟ ਵੀ ਪੁੱਛਿਆ ਜਾ ਸਕਦਾ ਹੈ ਕਿ ਵਿਦ ਵਿਚ ਕੰਟਰੀ ਇੰਡੀਆ ਹੈਜ਼ ਸਾਈਨਡ ਮਿਚੁਅਲ ਲੌਜਿਸਟਿਕਸ ਸਪੋਰਟ ਐਗਰੀਮੈਂਟ ਰੀਸੈਂਟਲੀ ਕਿਹੜੀ ਕੰਟਰੀ ਦੇ ਨਾਲ ਆਸਟ੍ਰੇਲੀਆ ਦੇ ਨਾਲ ਜਾਂ ਫਿਰ ਕਿਹੜੇ ਪਰਸਨ ਦੇ ਨਾਲ ਸਕਾਟ ਮੌਰੀਸਨ ਦੇ ਨਾਲ और कितने एग्रीमेंट्स नाइन एग्रीमेंट्स इंक्लूडिंग म्यूचुअल लॉजिस्टिक सपोर्ट एग्रीमेंट इस बाकी तो कंट्रीज़ की यूएसए के बारे गल करिए डोनल्ड ट्रंप हैड ने वॉशिंगटन डीसी केडकुआटर है सॉरी वॉशिंगटन डीसी दी, कैपीटल है करंसी इत डर चलती है इजिप्ट इजिप्ट कैपिटल इजिप्ट कैपीटल और करंसी इजिप्ट की गल करिए इजिप्ट कैपिटल है कायरो इजिप्ट कैपिटल है कायरो और करंसी चलती है। फ्रांस कैपिटल पैरिस करंसी यूरो चलती है जर्मनी जर्मनी कैपिटल बर्लिन है और करंसी यूरो चलती है जर्मनी कैपिटल बर्लिन है करंसी यूरो चलती है है हु हैज बीन अपॉइंटेड एज न्यू चेयरमैन ऑफ ब्रिटिश अकेडमी ऑफ फिल्म टेली एंड टेलीविजन आर्ट्स ਅਗਰ ਆਪਾਂ ਗੱਲ ਕਰੀਏ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਅਵਾਰਡਸ ਠੀਕ ਹੈ ਸ਼ਾਰਟ ਫਾਰਮ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਨੇਮ ਹੈ ਸੁਣਿਆ ਹੋਏਗਾ ਕਾਫੀ ਵਾਰ ਬਾਫਟਾ ਬਾਫਟਾ ਅਵਾਰਡਸ ਹਰ ਸਾਲ ਇੰਪੋਰਟੈਂਟ ਬੰਦੇ ਨੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਚਾਂਸਸ ਹੁੰਦੇ ਨੇ ਬਾਫਟਾ ਅਵਾਰਡ ਜਿਸ ਤਰੀਕੇ ਨਾਲ ਓਸਕਰ ਅਵਾਰਡ ਹੈ ਗ੍ਰੈਮੀ ਅਵਾਰਡ ਹੈ ਇਸ ਤਰੀਕੇ ਨਾਲ ਬਾਫਟਾ ਇੱਕ ਇੱਕ ਇੰਪੋਰਟੈਂਟ ਅਵਾਰਡ ਹੈ ਇਸ ਦੇ ਚੇਅਰਮੈਨ ਅਪੁਆਇੰਟ ਕੀਤੇ ਗਏ ਨੇ ਇਸ ਦੇ ਚੇਅਰਮੈਨ ਅਪੁਆਇੰਟ ਕੀਤੇ ਗਏ ਨੇ ਚੇਅਰਮੈਨ ਦਾ ਨਾਮ ਹੈ ਕ੍ਰਿਸ਼ਨ ਨੇੜੂ मजूमदार क्रिश्नदू मजूमदार कौन अपंट गए हैं के क्रिश्न मजूमदार ठीक है जी इस तो अलावा बाकी इंपोर्टेंट चीज़ों बारे डिस्कस कर दें सब तो पहले डैरन टैंग डेर टैंग वीपो के चेयरमैन अपॉइंट किए गए वर्ल्ड इंटलैक्चुअल प्रोपर्टनाइजे वर्ल्ड इंटलैक्चुअल प्रोपर्टी ऑरगनाइजे चेयरमैन अपॉइंट किए गए डैरन टेंग ਅਚਾ ਬਾਫਟਾ ਬਾਫਟਾ ਦੇ ਬਾਰੇ ਦੱਸਣਾ ਰਹਿ ਗਿਆ ਕਿ ਲੰਡਨ ਦੇ ਵਿੱਚ ਇਸ ਹੈਡਕੁਆਟਰ ਕਿੱਥੇ ਹੈ ਲੰਡਨ ਯੂਕੇ ਦੇ ਵਿੱਚ ਬਾਫਟਾ ਦਾ ਹੈਡਕੁਆਟਰ ਲੰਡਨ ਯੂਕੇ ਦੇ ਵਿੱਚ ਹੈ ਅਲੋਕ ਸ਼ਰਮਾ ਅਲੋਕ ਸ਼ਰਮਾ ਯੂਕੇ ਦੀ ਗੱਲ ਚੱਲੀ ਤਾਂ ਯੂਕੇ ਦੇ ਵਿੱਚ ਯੂਕੇ ਦੁਆਰਾ ਯੂਕੇ ਪ੍ਰੈਜਿਡੈਂਟ ਦੁਆਰਾ ਅਲੋਕ ਸ਼ਰਮਾ ਨੂੰ ਅਪਾਇੰਟ ਕੀਤਾ ਗਿਆ ਸੀ ਕੀ ਅਪਾਇੰਟ ਕੀਤਾ ਗਿਆ ਸੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਕੋਪ 36 ਦੇ ਕੋਪ 26 ਕੋਪ 26 ਦੇ ਪ੍ਰੈਜਿਡੈਂਟ ਅਪਾਇੰਟ ਕੀਤੇ ਗਏ ਸੀ ਜਿਹੜੀ ਕਿ ਹੈਲਡ ਕੀਤੀ ਜਾਏਗੀ ਗਲਾਸ ਗਲੋਸ ਸਕਾਟਲੈਂਡ ਦੇ ਵਿੱਚ ਗਲਾਸਗੋ ਸਕਾਟਲੈਂਡ ਦੇ ਵਿੱਚ ਇਸ ਨੂੰ ਹੈਲਡ ਕੀਤਾ ਜਾਏਗਾ। ਅੱਛਾ ਕੋਪ 25 ਕਿੱਥੇ ਹੈਲਡ ਕੀਤੀ ਗਈ ਸੀ? ਕੋਪ 25 ਹੈਲਡ ਕੀਤੀ ਗਈ ਸੀ ਸਪੇਨ ਦੇ ਮੈਦ੍ਰਿਡ ਦੇ ਵਿੱਚ। ਸਪੇਨ ਦੇ ਮੈਦ੍ਰਿਡ ਦੇ ਵਿੱਚ। ਜਿਸ ਨੂੰ ਬੇਸਿਕਲੀ ਹੈਲਡ ਕੀਤਾ ਜਾਣਾ ਸੀ ਚਿਲੀ ਦੇ ਵਿੱਚ। ਚਿਲੀ ਦੇ ਵਿੱਚ ਹੈਲਡ ਕੀਤਾ ਜਾਣਾ ਸੀ ਪਰ ਕਿਸੇ ਕਾਰਨ ਕਰਕੇ ਇਸ ਨੂੰ ਪੋਸਟਪੋਨ ਕਰਕੇ ਸਪੇਨ ਦੇ ਵਿੱਚ ਹੈਲਡ ਕੀਤਾ ਗਿਆ। ਸਪੇਨ ਦੀ ਕੈਪੀਟਲ ਮੈਦ੍ਰਿਡ ਹੈ। ਚਿਲੀ ਦੀ ਕੈਪੀਟਲ ਸੈਂਟਿਆਗੋ ਹੈ। ਚਿਲੀ ਦੀ ਕੈਪੀਟਲ ਸੈਂਟਿਆਗੋ ਹੈ। ਰਿਸ਼ੀ ਸੁੰਕ ਰਿਸ਼ੀ ਸੂਨਕ ਦੀ ਗੱਲ ਕਰੀਏ ਇਹ ਯੂਕੇ ਦੇ ਫਾਈਨੈਂਸ ਮਿਨਿਸਟਰ ਅਪਾਇੰਟ ਕੀਤੇ ਗਏ ਸੀ ਯੂਕੇ ਦੇ ਫਾਈਨੈਂਸ ਮਿਨਿਸਟਰ ਅਪਾਇੰਟ ਕੀਤੇ ਗਏ ਸੀ ਰਿਸ਼ੀ ਸੂਨਕ ਨੈਕਸਟ ਹੂ ਹੈਜ਼ ਹੋਸਟਡ ਦਾ ਗਲੋਬਲ ਵੈਕਸੀਨ ਸਮਿਟ ਗਲੋਬਲ ਵੈਕਸੀਨ ਸਮਿਟ ਦੀ ਗੱਲ ਕਰਦੇ ਆ ਗਲੋਬਲ ਵੈਕਸੀਨ ਸਮਿਟ ਹੈਲਥ ਕੀਤਾ ਗਿਆ ਕਿਸ ਦੁਆਰਾ ਇਸ ਨੂੰ ਹੋਸਟ ਕੀਤਾ ਗਿਆ ਕਿਸ ਦੁਆਰਾ ਇਸ ਨੂੰ ਹੋਸਟ ਕੀਤਾ ਗਿਆ ਇਸ ਨੂੰ ਹੋਸਟ ਕੀਤਾ ਗਿਆ ਹੁਣੇ ਆਪਾਂ ਬ੍ਰਿਟੇਨ ਦੀ ਗੱਲ ਕੀਤੀ ਸੀ ਦ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੌਰੀਸ ਜੌਨਸਨ ਦੁਆਰਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੌਰੀਸ ਜੌਨਸਨ ਦੁਆਰਾ ਇਸ ਨੂੰ ਹੋਸਟ ਕੀਤਾ ਗਿਆ ਗਲੋਬਲ ਵੈਕਸੀਨ ਸਮਿਟ ਇਸ ਦੇ ਵਿੱਚ ਇੰਡੀਆ ਵੱਲੋਂ ਇੱਕ ਇੰਪੋਰਟੈਂਟ ਅਨਾਉਂਸਮੈਂਟ ਵੀ ਕੀਤੀ ਗਈ ਉਸ ਦੇ ਬਾਰੇ ਵੀ ਡਿਸਕਸ ਕਰਦੇ ਹਾਂ ਕੀ ਕੀ ਹੋਇਆ ਕਿ ਇੰਡੀਆ ਨੇ ਅਨਾਉਂਸ ਕੀਤਾ ਕਿ 15 ਮਿਲੀਅਨ ਅਪਾਇੰਟ ਕਰੇ 15 ਮਿਲੀਅਨ ਦੇਵੇਗਾ ਇੰਡੀਆ ਕਿਸ ਦੇ ਲਈ 50 ਮਿਲੀਅਨ ਡਾਲਰ ਯੂ ਐਸ ਡਾਲਰ ਕਿਸ ਦੇ ਕਿਸ ਨੂੰ ਦੇਵੇਗਾ ਗਾਵੀ ਨੂੰ ਇਹ ਕੀ ਹੈ ਇੱਕ ਵੈਕਸੀਨ ਅਲਾਈਅੰਸ ਹੈ ਯਾਨੀ ਕਿ ਕੀ ਹੈ ਕਿ ਵੈਕਸੀਨ ਬਣਾ ਰਹੀ ਹੈ ਕੋਵਿਡ-19 ਦੇ ਲਈ ਠੀਕ ਹੈ ਤਾਂ ਇੱਕ ਅਲਾਈਅੰਸ ਹੈ ਯਾਨੀ ਕਿ ਅਗਰ ਇਸ ਦੁਆਰਾ ਬਣਾਈ ਜਾਂਦੀ ਹੈ ਤਾਂ ਜਿਹੜੀ ਜਿਹੜੀ ਕੰਟਰੀਜ਼ ਇਸ ਦੇ ਮੈਂਬਰ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਠੀਕ ਹੈ ਤੇ ਇਸ ਦੇ ਵਿੱਚ ਇੰਡੀਆ ਨੇ ਕਿੰਨਾ ਅਨਾਉਂਸਮੈਂਟ ਕੀਤੀ ਹੈ 15 ਮਿਲੀਅਨ ਇਸ ਸਮਿਟ ਦੇ ਵਿੱਚ ਗਲੋਬਲ ਵੈਕਸੀਨ ਸਮਿਟ ਕਿਸ ਦੁਆਰਾ ਹੋਸਟ ਕੀਤਾ ਗਿਆ ਯਾਦ ਰੱਖਣਾ ਬੋਰਿਸ ਜੌਨਸਨ ਦੁਆਰਾ ਕੌਣ ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਅੱਛਾ ਗਾਵੀ ਦੀ ਗੱਲ ਕਰੀਏ ਗਾਵੀ ਬਣਾਇਆ ਗਿਆ ਸੀ 2000 ਦੇ ਵਿੱਚ 2000 ਦੇ ਵਿੱਚ ਗਾਵੀ ਬਣਾਇਆ ਗਿਆ ਸੀ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈਡਕੁਆਟਰ ਹੈ ਗਾਵੀ ਦਾ ਹੈਡਕੁਆਟਰ ਕਿੱਥੇ ਹੈ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਇਸ ਤੋਂ ਇਲਾਵਾ ਸਕਾਟ ਮੌਰੀਸਨ ਸਕਾਟ ਮੌਰੀਸਨ ਹੁਣੇ ਆਪਾਂ ਡਿਸਕਸ ਕੀਤਾ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਐਂਜੇਲਾ ਮਾਰਕਲ ਜਰਮਨੀ ਜਰਮਨੀ ਦੇ ਵਾਈਸ ਚਾਂਸਲਰ ਨੇ ਜਰਮਨੀ ਦੇ ਜਰਮਨੀ ਦੇ ਚਾਂਸਲਰ ਨੇ ਐਂਜੇਲਾ ਮਾਰਕਲ जी जिमपिंग जी जिमपिंग जी जिमपिंग कौन ने जी जिमपिंग चाइना दे, दे चाइना प्राइम मिनिस्टर ने जी नेक्स्ट है, वेस्ट अनसेल्ड वेस्ट अनसेल्ड ऑफ यूएसए पास अवे ही इज रिलेटेड टू विच स्पोर्ट वेस्ट अनसेल्ड एक प्लेयर से गे? ਕਿਹੜੀ ਸਪੋਰਟਸ ਤੋਂ ਬਿਲੋਂਗ ਕਰਦੇ ਸੀ ਇਹ ਔਰ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਸੀ ਦੋ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ ਹਮੇਸ਼ਾ ਯੂ ਐਸ ਏ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਸੀ ਯੂ ਐਸ ਏ ਔਰ ਕਿਹੜੀ ਸਪੋਰਟਸ ਤੋਂ ਬਿਲੋਂਗ ਕਰਦੇ ਸੀ ਇਹ ਫੋਰਥ ਆਪਸ਼ਨ ਬਾਸਕਟਬਾਲ ਕਿਹੜੀ ਸਪੋਰਟਸ ਤੋਂ ਬਿਲੋਂਗ ਕਰਦੇ ਸੀ ਬਾਸਕਟਬਾਲ ਤੋਂ ਬਿਲੋਂਗ ਕਰਦੇ ਸੀ ਇਹਨਾਂ ਦਾ ਨਾਮ ਇੰਪੋਰਟੈਂਟ ਬਣਦਾ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਬਾਸਕਟਬਾਲ ਹਾਲ ਆਫ ਫੇਮ ਦੇ ਵਿੱਚ ਇਹਨਾਂ ਦਾ ਨਾਮ ਬਾਸਕਟਬਾਲ ਹਾਲ ਆਫ ਫੇਮ ਦੇ ਵਿੱਚ ਐਡ ਕੀਤਾ ਗਿਆ ਸੀ 1988 ਦੇ ਵਿੱਚ ਇਹ ਵੀ ਯਾਦ ਰੱਖਣਾ ਇਹਨਾਂ ਦੇ ਬਾਰੇ ਬਾਸਕਟਬਾਲ ਹਾਲ ਆਫ ਫੇਮ ਦੇ ਵਿੱਚ ਇਹਨਾਂ ਦਾ ਨਾਮ ਐਡ ਕੀਤਾ ਗਿਆ ਸੀ 1988 ਦੇ ਵਿੱਚ ਅੱਛਾ ਇੱਕ ਪਰਸਨ ਦਾ ਨਾਮ ਰੀਸੈਂਟਲੀ ਐਡ ਕੀਤਾ ਗਿਆ ਬਾਸਕਟਬਾਲ ਹਾਲ ਆਫ ਫੇਮ ਦੇ ਵਿੱਚ ਕੌਣ ਨੇ ਰੀਸੈਂਟਲੀ ਉਹਨਾਂ ਦੀ ਵੀ ਡੈਥ ਹੋਈ ਸੀ ਬਾਸਕਟਬਾਲ ਦੇ ਹੀ ਪਲੇਅਰ ਨੇ ਕੀ ਨਾਮ ਸੀ ਕੋਬ ਬ੍ਰਿਆంట్ ਕੋਬ ਬ੍ਰਿਆంట్ ਕੋਬ ਬ੍ਰਿਆంట్ ਨੂੰ ਐਡ ਕੀਤਾ ਗਿਆ ਬਾਸਕਟਬਾਲ ਹਾਲ ਆਫ ਫੇਮ ਦੇ ਵਿੱਚ ਬਾਸਕਟਬਾਲ ਦੇ ਕਾਫੀ ਇੰਪੋਰਟੈਂਟ ਪਲੇਅਰ ਸੀਗੇ ਇਹ ਵੀ ਯੂਐਸਏ ਤੋਂ ਹੀ ਬਿਲੋਂਗ ਕਰਦੇ ਸੀ ਔਰ ਇਹਨਾਂ ਦੇ ਬਾਰੇ ਇਹਨਾਂ ਦੀ ਬੁੱਕ ਦਾ ਨਾਮ ਯਾਦ ਰੱਖਣੇ ਇਨਾਂ ਦੀ ਬੁੱਕ ਦਾ ਨਾਮ ਕਮੈਂਟ ਬਾਕਸ ਵਿੱਚ ਤੁਸੀਂ ਦੱਸੋਗੇ ਇਹਨਾਂ ਨੇ ਇੱਕ ਬੁੱਕ ਵੀ ਲਿਖੀ ਸੀ ਜਿਸ ਨੂੰ ਰਿਲੀਜ਼ ਕੀਤਾ ਗਿਆ ਇਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਦੀ ਡੈਥ ਤੋਂ ਬਾਅਦ ਰਿਲੀਜ਼ ਕੀਤਾ ਗਿਆ ਠੀਕ ਹੈ ਜੀ ਇਹ ਯਾਦ ਰੱਖਣੇ ਨੇ ਸਾਰੇ ਫੈਕਟਸ ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਪਲੇਅਰ ਇਜ਼ ਰਿਕਮੈਂਡਡ ਫੋਰ ਅਰਜੁਨ ਅਵਾਰਡ ਬਾਏ ਗੋਫ ਐਸੋਸੀਏਸ਼ਨ ਗੋਲਫ ਐਸੋਸੀਏਸ਼ਨ ਦੁਆਰਾ ਇੰਡੀਅਨ ਗੋਲਫ ਐਸੋਸੀਏਸ਼ਨ ਦੀ ਗੱਲ ਕਰਦੇ ਆ ਇੰਡੀਅਨ ਗੋਲਫ ਐਸੋਸੀਏਸ਼ਨ ਨੇ ਅਰਜੁਨ ਅਵਾਰਡ ਦੇ ਲਈ ਨੋਮੀਨੇਟ ਕੀਤਾ ਹੈ ਅਰਜੁਨ ਅਵਾਰਡ ਦੇ ਲਈ ਨੋਮੀਨੇਟ ਕੀਤਾ ਹੈ ਕਿਸ ਨੂੰ ਕੀਤਾ ਹੈ கரੈਕਟ ਆਨਸਰ ਹੈ ਆਪਣਾ 5th ਆਪਸ਼ਨ 올 ਆਫ ਥੀਸ 올 ਆਫ ਥੀਸ ਯਾਨੀ ਕਿ ਰਾਸ਼ੀਦ ਖਾਨ ਅਦਿਤੀ ਅਸ਼ੋਕ ਔਰ ਦਿક્ષા ਦਾਗਰ ਰਾਸ਼ੀਦ ਖਾਨ ਅਦਿਤੀ ਅਸ਼ੋਕ ਔਰ ਦਿક્ષા ਦਾਗਰ ਇਹਨਾਂ ਤਿੰਨਾਂ ਨੂੰ ਅਰਜੁਨ ਅਵਾਰਡ ਦੇ ਲਈ ਨੋਮੀਨੇਟ ਕੀਤਾ ਗਿਆ ਹੈ अपने लिए इंपोर्टेंट बनाना स्पोर्ट्स यानी कि राशिद खान तो दे दे। तो दे दे। तो दे दे। कि स्पोर्ट्स तो रिलेट ने अदिति अशोक केड़ी स्पोर्ट्स तो रिलेट तो ने और दीक्षा दागर कि स्पोर्ट्स तो रिलेटड ने कितों रिलेटड ने गोल्फ़ तो तीनों परसनज यह स्पोर्ट्स तो रिलेट ने गोल्फ तो रिलेटड ने ठीक है जी इंपोर्टेंट ने याद रखने नैक्सट हू इज़ अपॉइंटड एज ब्रैंड एम्बेसडर ऑफ ਐਡੀਡਾਸ ਐਡੀਡਾਸ ਦੇ ਬ੍ਰੈਂਡ ਐਂਬੈਸਡਰ ਕਿਹਨਾਂ ਨੂੰ ਅਪੋਇੰਟ ਕੀਤਾ ਗਿਆ ਅਗਲਾ ਆਪਾਂ ਨਿਊਜ਼ ਦੀ ਗੱਲ ਕਰੀਏ ਜਿਹੜੀ ਨਿਊਜ਼ ਆਈ ਹੈ ਉਸ ਦੇ ਵਿੱਚ ਕੀ ਆਇਆ ਕਿ ਮਨੁਸ਼ੀ ਚਿੱਲਰ ਨੂੰ ਮਨੁਸ਼ੀ ਚਿੱਲਰ ਕੌਣ ਸੀਗੇ ਮਨੁਸ਼ੀ ਚਿੱਲਰ ਸੀਗੇ ਵਰ ਮਨੁਸ਼ੀ ਚਿੱਲਰ ਮਨੁਸ਼ੀ ਚਿੱਲਰ ਇੱਕ ਇੰਪੋਰਟੈਂਟ ਅਵਾਰਡ ਦਿੱਤਾ ਸੀ ਇਹਨਾਂ ਨੇ ਕੀ ਬਣੀ ਸੀ ਇਹ ਮਿਸ ਵਰਲਡ ਬਣੀ ਸੀ ਮਿਸ ਵਰਲਡ ਬਣੀ ਸੀ ਕਦੋਂ 2017 ਦੇ ਵਿੱਚ ਮਿਸ ਵਰਲਡ 2017 ਮਨੁਸ਼ੀ ਚਿੱਲਰ ਇਹਨਾਂ ਨੂੰ ਐਡੀਡਾਸ ਦਾ ਬ੍ਰੈਂਡ ਐਮੈਸਡਰ ਅਪਾਇੰਟ ਕੀਤਾ ਗਿਆ ਠੀਕ ਹੈ ਪਰ ਆਪਣਾ ਆਨਸਰ ਇਸ ਕੁਐਸਚਨਰ ਬਨੇਗਾ 올 ਆਫ ਥੀਸ 올 ਆਫ ਥੀਸ ਯਾਨੀ ਕਿ ਤਿਆਨਾਂ ਸੁਣਾਂਗੇ ਕੁਐਸਚਨ ਕੀ ਚੀਜ਼ ਹੈ ਕਿ ਮਨੁਸ਼ੀ ਚਿੱਲਰ ਨੂੰ ਅਪਾਇੰਟ ਕੀਤਾ ਗਿਆ ਰੀਸੈਂਟਲੀ ਹੁਣੇ ਅਪਾਇੰਟ ਕੀਤਾ ਗਿਆ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਕ੍ਰਿਕਟਰ ਰੋਹਿਤ ਸ਼ਰਮਾ ਹਿਮਾਦਾਸ ਹਿਮਾਦਾਸ ਕੀ ਨੇ ਐਥਲੀਟ ਨੇ ਔਰ ਇਨ ਜੇ ਅਪਾ ਗੱਲ ਕਰੀਏ ਕਿਥੋਂ ਬਿਲੋਂਗ ਕਰਦੇ ਨੇ ਅਸਮ ਤੋਂ ਅਸਮ ਤੋਂ ਬਿਲੋਂਗ ਕਰਦੇ ਨੇ ਐਥਲੀਟ ਰਨਵੀਰ ਸਿੰਘ ਦੀ ਗੱਲ ਕਰੀਏ ਐਕਟਰ ਐਕਟਰ ਰਨਵੀਰ ਸਿੰਘ ਰੋਹਿਤ ਸ਼ਰਮਾ ਕ੍ਰਿਕਟਰ ਇਹ ਸਾਰੇ ਐਡੀਡਾਸ ਦੇ ਬ੍ਰਾਂਡ ਐਂਬੈਸਡਰ ਹਨ ਇਹ ਸਾਰੇ ਐਡੀਡਾਸ ਦੇ ਬ੍ਰਾਂਡ ਐਂਬੈਸਡਰ ਹਨ ਯਾਨੀ ਕਿ ਆਪਣਾ ਆਨਸਰ ਹੈ 올 ਆਫ ਥੀਸ ਮਨੁਸ਼ੀ ਚਿੱਲਰ 2017 ਅੱਛਾ ਇਹਨਾਂ ਦੀ ਸਟੇਟ ਦੱਸਣੀ ਹੈ ਸਟੇਟ 2017 ਮਿਸ ਵਰਲਡ ਰਹਿ ਚੁੱਕੇ ਨੇ ਇਹਨਾਂ ਦੀ ਸਟੇਟ ਦੱਸਣੀ ਹੈ ਕਿਹੜੀ ਸਟੇਟ ਤੋਂ ਇਹ ਬਿਲੋਂਗ ਕਰਦੇ ਨੇ ਠੀਕ ਹੈ ਜੀ ਸਿਮਟਲੀ ਡਿਸਟ੍ਰਿਕਟ ਕਨਾਲ ਇਸ ਦੇ ਐਮਬੈਸਡਰ ਨੇ ਉਸ ਤਰੀਕੇ ਨਾਲ ਪਿਉਮਾ ਦੇ ਐਮਬੈਸਡਰ ਤੁਹਾਨੂੰ ਯਾਦ ਹੋਣਗੇ ਪਿਉਮਾ ਦੇ ਐਮਬੈਸਡਰ ਵੈਸੇ ਤਾਂ ਅਪਾਇੰਟ ਕੀਤੇ ਗਏ ਸੀ ਸੁਨੀਲ ਚੇਤਰੀ ਸੁਨੀਲ ਚੇਤਰੀ ਕੌਣ ਨੇ ਫੁੱਟਬਾਲਰ ਨੇ ਫੁੱਟਬਾਲ ਤੋਂ ਬਿਲੋਂਗ ਕਰਦੇ ਨੇ ਸੁਨੀਲ ਚੇਤਰੀ ਇਹ ਐਪਾਇੰਟ ਕੀਤੇ ਗਏ ਸੀ ਪਿਉਮਾ ਦੇ ਐਮਬੈਸਡਰ ਬ੍ਰਾਂਡ ਐਮਬੈਸਡਰ ਇਸੇ ਤਰੀਕੇ ਨਾਲ ਥੋੜੇ ਜਿਹਾ ਪਹਿਲਾਂ ਕਰੀਨਾ ਕਪੂਰ ਨੂੰ ਵੀ ਕਰੀਨਾ ਕਪੂਰ ਕੀ ਨੇ ਐਕਟਰੈਸ ਨੇ ਔਰ ਇਹਨਾਂ ਨੂੰ ਵੀ ਅਪਾਇੰਟ ਕੀਤਾ ਗਿਆ ਸੀ ਪਿਉਮਾ ਦੇ ਐਮਬੈਸਡਰ ਠੀਕ ਹੈ ਜੀ ਇਸ ਤਰੀਕੇ ਨਾਲ ਯਾਦ ਰੱਖਣਾ ਹੈ ਕਿ ਕਾਫੀ ਇੱਕ ਚੀਜ਼ ਦੇ ਜ਼ਿਆਦਾ ਐਮਬੈਸਡਰ ਵੀ ਹੋ ਸਕਦੇ ਨੇ ਹੀਮਾਦਾਸ, ਰੋਹਿਤ ਸ਼ਰਮਾ, ਰਣਵੀਰ ਸਿੰਘ ਔਰ ਹੁਣ ਮਨੁਸ਼ੀ ਚਿੱਲਰ ਇਹਨਾਂ ਨੂੰ ਐਡੀਡਾਸ ਦਾ ਐਮਬੈਸਡਰ ਅਪਾਇੰਟ ਕੀਤਾ ਗਿਆ। ਅਚਾ ਇੱਕ ਨਿਊਜ਼ ਹੋਰ ਡਿਸਕਸ ਕਰਦੇ ਹਾਂ ਰੋਹਿਤ ਸ਼ਰਮਾ ਦੇ ਬਾਰੇ। ਰੋਹਿਤ ਸ਼ਰਮਾ ਨੂੰ ਇੱਕ ਹੋਰ ਚੀਜ਼ ਦਾ ਐਮਬੈਸਡਰ ਅਪਾਇੰਟ ਕੀਤਾ ਗਿਆ। ਰੋਹਿਤ ਸ਼ਰਮਾ ਨੂੰ IIFL IIFL ਫਾਈਨੈਂਸ ਕੰਪਨੀ ਦਾ IIFL ਫਾਈਨੈਂਸ ਕੰਪਨੀ ਦਾ ਐਮਬੈਸਡਰ ਵੀ ਅਪਾਇੰਟ ਕੀਤਾ ਗਿਆ। आई आई एफ एल फाइनैंस कंपनी का एम्बैसडर भी अपॉइंट किया गया रोहित शर्मा नैक्सट है विच स्टेट और यूटी हैज़ लॉन्च अ सैलरी ट्रैकर मोबाइल एप्लीकेशन मेरा वतन मेरा वतन नाम दी एक सैलरी ट्रैकर मोबाइल एप्लीकेशन मोबाइल एप्लीकेशन लॉन्च की स्टेट ने या यानी यूटी ने इसमें लॉन्च किया गया जम्मू एंड कश्मीर द्वारा ਬੇਸਿਕਲੀ ਜੰਮੂ ਐਂਡ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਜੀਸੀ ਮੁਰਮੂ ਦੁਆਰਾ ਲੈਫਟੀਨੈਂਟ ਗਵਰਨਰ ਜੀਸੀ ਮੁਰਮੂ ਦੁਆਰਾ ਮੇਰਾ ਵਤਨ ਨਾਮ ਦੀ ਇੱਕ ਸੈਲਰੀ ਟਰੈਕਰ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਜੰਮੂ ਐਂਡ ਕਸ਼ਮੀਰ ਦੇ ਰੀਸੈਂਟਲੀ ਅਗਰ ਆਪਾਂ ਇਨੀਸ਼ੀਏਟਿਵ ਦੀ ਗੱਲ ਕਰੀਏ ਕਾਫੀ ਇੰਪੋਰਟੈਂਟ ਇਨੀਸ਼ੀਏਟਿਵਸ ਲਾਂਚ ਕੀਤੇ ਗਏ ਨੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਉਹਨਾਂ ਚੋਂ ਕੋਈ ਵੀ ਇੱਕ ਦੱਸਣਾ ਹੈ ਤੁਸੀਂ ਠੀਕ ਹੈ ਲਦਾਖ ਲਦਾਖ ਦੇ ਲੈਫਟੀਨੈਂਟ ਗਵਰਨਰ ਨੇ ਆਰ ਕੇ ਮਾਥੁਰ ਆਰ ਕੇ ਮਾਥੁਰ ਆਰ ਕੇ ਮਾਥੁਰ ਲਦਾਖ ਦੇ ਲੈਫਟਨਰ ਗਵਰਨਰ ਨੇ ਅੱਛਾ ਲਦਾਖ ਦੇ ਲੇ ਦੇ ਵਿੱਚ ਇਵੈਂਟ ਹੈਲਡ ਕੀਤਾ ਜਾਏਗਾ ਵਰਲਡ ਇੰਟਰਨੈਸ਼ਨਲ ਸੌਰੀ ਇੰਟਰਨੈਸ਼ਨਲ ਯੋਗਾ ਡੇ ਦਾ ਇੰਟਰਨੈਸ਼ਨਲ ਯੋਗਾ ਡੇ ਦਾ ਦਿੱਲੀ ਦਿੱਲੀ ਨੇ 5G ਪ੍ਰੋਗਰਾਮ ਲਾਂਚ ਕੀਤਾ ਸੀ ਆਪਰੇਸ਼ਨ ਸ਼ਿਲਡ ਲਾਂਚ ਕੀਤਾ ਸੀ ਆਪਰੇਸ਼ਨ ਸ਼ਿਲਡ ਵੀ ਲਾਂਚ ਕੀਤਾ ਸੀ ਔਰ 5G ਪ੍ਰੋਗਰਾਮ ਵੀ ਲਾਂਚ ਕੀਤਾ ਸੀ ਅੱਛਾ ਰੀਸੈਂਟਲੀ ਗੱਲ ਕਰੀਏ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੁਆਰਾ ਰੀਸੈਂਟਲੀ ਅਨਾਉਂਸਮੈਂਟ ਕੀਤੀ ਗਈ ਕਿ ਐਪਲੀਕੇਸ਼ਨ ਦੀ ਜਿਹੜੀ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰੇਗੀ ਕਿ ਕਿਹੜੇ ਹਸਪੀਟਲ ਦੇ ਵਿੱਚ ਕਿੰਨੇ ਬੈਡਸ ਖਾਲੀ ਪਏ ਨੇ ਕੋਵਿਡ-19 ਦੇ ਕਾਰਨ ਅਗਰ ਕਿਸੇ ਨੂੰ ਬੈਡ ਦੀ ਜ਼ਰੂਰਤ ਪੈਂਦੀ ਹੈ ਟ੍ਰੀਟਮੈਂਟ ਦੇ ਲਈ ਤਾਂ ਕਿਹੜੇ ਹਸਪੀਟਲ ਦੇ ਵਿੱਚ ਕਿੰਨੇ ਬੈਡ ਖਾਲੀ ਪਏ ਨੇ ਐਡਮਿਸ਼ਨ ਦੇ ਲਈ ਤੁਸੀਂ ਉਸ ਐਪਲੀਕੇਸ਼ਨ ਦੇ ਉੱਤੇ ਚੈੱਕ ਕਰ ਸਕਦੇ ਹੋ ਇਹ ਦਿੱਲੀ ਗਵਰਨਮੈਂਟ ਦੇ ਚੀਫ ਮਿਨਿਸਟਰ ਦੁਆਰਾ ਅਨਾਉਂਸ ਕੀਤਾ ਗਿਆ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ CHD ਕੋਵਿਡ CHD ਕੋਵਿਡ ਨਾਮ ਦੀ ਐਪਲੀਕੇਸ਼ਨ ਲਾਂਚ ਕੀਤੀ ਐਥੇ ਦੇ ਐਡਮਿਨਿਸਟ੍ਰੇਟਰ ਔਰ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਵੀਪੀ ਸਿੰਘ ਬਦਨੌਰ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਉੱਤੇ ਨੇਵੀਗੇਸ਼ਨ ਫੈਸਿਲਿਟੀ ਨੇਵੀਗੇਸ਼ਨ ਫੈਸਿਲਿਟੀ ਨੂੰ ਇੰਸਟਾਲ ਕੀਤਾ ਗਿਆ ਸੀ ਜਿਸ ਦੇ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ 5th ਇਨ ਦਾ ਕੰਟਰੀ ਔਰ 1st ਇਨ ਦਾ ਨਾਰਥਰਨ 1st ਇਨ ਦਾ ਨਾਰਥਰਨ ਸਾਈਡ ਬਣਿਆ ਸੀ ਚੰਡੀਗੜ੍ਹ ਜਿਸ ਦੇ ਵਿੱਚ ਨੇਵੀਗੇਸ਼ਨ ਫੈਸਿਲਿਟੀ ਨੂੰ ਇੰਸਟਾਲ ਕੀਤਾ ਗਿਆ लक्षद्वीप लक्षद्वीप दीव की गल करिए रिसेंटली नादी एप्लीकेशन नादी एप्लीकेशन लॉन्च की गई थी लक्षद्वीप के लक्षदीप के एम्बे गवर्नर या एडमिनिस्ट्रेटर कह सकते हैं कौन ने दिनेश्वर शर्मा दिनेश्वर शर्मा यह भी रिसेंटली अपॉइंट अपॉइंट ने आई थिंक लास्ट ईयर दे, लास्ट के इन्ही नवंबर दिसंबर की अपॉइंटमेंट है या रखनी है दिनेश्वर शर्मा नैक्सट प्राइम मिनिस्टर प्राइवेट सैक्रटरी ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕਰੀਏ ਉਹਨਾਂ ਦੇ ਪ੍ਰਾਈਵੇਟ ਸੈਕਟਰੀ ਰਾਜੀਵ ਤੋਪਨੋ ਰਾਜੀਵ ਤੋਪਨੋ ਇਸ ਅਪੋਇੰਟਡ ਐਜ਼ ਸੀਨੀਅਰ ਐਡਵਾਈਜ਼ਰ ਟੂ ਐਗਜ਼ੀਕਿਟਿਵ ਡਾਇਰੈਕਟਰ ਆਫ ਮਿਚ ਬੈਂਕ ਪ੍ਰਿੰਮਿਸਟਰ ਦੇ ਜਿਹੜੇ ਪ੍ਰਾਈਵੇਟ ਸੈਕਟਰੀ ਨੇ ਰਾਜੀਵ ਤੋਪਨੋ ਰਾਜੀਵ ਤੋਪਨੋ ਨੇ ਉਹਨਾਂ ਨੂੰ ਸੀਨੀਅਰ ਐਡਵਾਈਜ਼ਰ ਅਪੋਇੰਟ ਕੀਤਾ ਗਿਆ ਐਗਜ਼ੀਕਿਟਿਵ ਡਾਇਰੈਕਟਰ ਦਾ ਐਗਜ਼ੀਕਿਟਿਵ ਡਾਇਰੈਕਟਰ ਦਾ ਕਿਹੜੇ ਬੈਂਕ ਦੇ ਕਿਹੜੇ ਬੈਂਕ ਦੇ ਐਗਜ਼ੀਕਿਟਿਵ ਡਾਇਰੈਕਟਰ ਦਾ ਵਰਲਡ ਬੈਂਕ ਦੇ ਵਰਲਡ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਾ ਸੀਨੀਅਰ ਐਡਵਾਈਜ਼ਰ ਪਾਇੰਟ ਕੀਤਾ ਗਿਆ ਕਿਸ ਨੂੰ ਪਾਇੰਟ ਕੀਤਾ ਗਿਆ ਰਾਜੀਵ ਤੋਪਨੋ ਨੂੰ ਰਾਜੀਵ ਤੋਪਨੋ ਕੌਣ ਨੇ ਪ੍ਰਾਈਮ ਮਿਨਿਸਟਰ ਦੇ ਪ੍ਰਾਈਵੇਟ ਸੈਕਟਰੀ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਪ੍ਰਾਈਵੇਟ ਸੈਕਟਰੀ ਨੇ ਅੱਛਾ ਵਰਲਡ ਬੈਂਕ ਦੀ ਗੱਲ ਕਰੀਏ ਵਰਲਡ ਬੈਂਕ ਵਰਲਡ ਬੈਂਕ ਦੇ ਬਾਰੇ ਕੀ ਕੀ ਡਿਸਕਸ ਕਰ ਸਕਦੇ ਇੱਕ ਤਾਂ ਸਭ ਤੋਂ ਪਹਿਲੇ ਹੈੱਡਕ quarter ਵਾਸ਼ਿੰਗਟਨ ਡੀਸੀ ਦੇ ਵਿੱਚ 189 ਮੈਂਬਰ ਕੰਟਰੀਜ਼ ਡੇਵਿਡ ਮਲਪਾਸ ਇਜ਼ ਦੇ ਹੈੱਡ ਨੇ इसत तो इलावा एम डी एन सी की गल करिए अंशुला कांत एम डी एन सी कौन ने अंशुला कांत और रिसेंटली एक अपॉइंटमेंट की गल करिए वर्ल्ड बैंक के चीफ एकनोमिस्ट चीफ एकनोमिस्ट अपॉइंट किए गए कैरमन रेनहार्ट, कैरमन रेनहार्ट, वर्ल्ड बैंक ने इंपोर्टेंट अपंटमेंट है याद रखनी इस तुलावा डी बी एडी बी सिक्सटी नाइन सिक्सटी एट मैंबर ने मसद सुगू आसाकावा मसद और मेट्रो और फिलीपींस मनीला फिलीपीनज़ हैडकुआटर हेड ने मसद सुगु आसाकावा आसा और मेट्रो मनीला फिलीपीनज़ केडकुआटर है आई एम एफ इंटरनेशनल मोनीटरी फंड इंटरनेशनल मोनीटरी फंड वन एटी नाइन मैंबर कंट्रीज़ ने क्रिस्टलीना जॉर्जिवा क्रिस्टलीना जॉर्जिवा हैड ने वॉशिंगटन डीसी केडकुआर है अच्छा आईएमएफ ਦੇ आईएमएफ ਦੇ ਚੀਫ ਇਕਨੋਮਿਸਟ ਦਾ ਨਾਮ ਕੀ ਹੈ आईएमएफ ਦੇ ਚੀਫ ਇਕਨੋਮਿਸਟ ਇੰਡੀਅਨ ਪਰਸਨ ਨੇ ਹਿੰਟ ਦੇ ਦਿੱਤਾ ਇੰਡੀਅਨ ਪਰਸਨ ਨੇ ਆਈਐਮਐਫ ਦੇ ਚੀਫ ਇਕਨੋਮਿਸਟ ਐਨ ਡੀਬੀ ਐਨ ਡੀਬੀ ਦੀ ਗੱਲ ਕਰੀਏ ਐਨ ਡੀਬੀ ਦੇ ਵਿੱਚ ਨਿਊ ਡਵੈਲਪਮੈਂਟ ਬੈਂਕ ਬ੍ਰਿਕਸ ਕੰਟਰੀ ਦੁਆਰਾ ਜਿਹੜਾ ਬੈਂਕ ਡਵੈਲਪ ਕੀਤਾ ਗਿਆ ਸੀ ਨਿਊ ਡਵੈਲਪਮੈਂਟ ਬੈਂਕ ਸ਼ੰਘਾਈ ਚਾਈਨਾ ਦੇ ਵਿੱਚ ਸ਼ੰਘਾਈ ਚਾਈਨਾ ਦੇ ਵਿੱਚ ਹੈੱਡਕੁਆਟਰ ਹੈ ਔਰ ਕੇਵੀ ਕਮਾਥ ਇਜ਼ ਦੇ ਹੈਡ ਨੇ ਕੇਵੀ ਕਮਾਥ ਇਜ਼ ਦੇ ਹੈਡ ਨੇ ਪਰ ਕਿ ਵੀ ਕਮਾਤ ਹੈਡ ਕਰ ਲੋ ਤੱਕ ਨੇ ਸਿਰਫ ਇਸ ਮੰਥ ਦੇ ਲਈ ਨੈਕਸਟ ਮੰਥ ਜੁਲਾਈ ਤੋਂ ਨਵੇਂ ਪਰਸਨ ਬ੍ਰਾਜ਼ੀਲ ਤੋਂ ਜਿਹੜੇ ਬਿਲੋਂਗ ਕਰਦੇ ਨੇ ਬ੍ਰਾਜ਼ੀਲ ਤੋਂ ਕੀ ਨਾਮ ਸੀ ਇਹ ਨਾ ਦਾ ਮਾਰਕੋਸ ਮਾਰਕੋਸ ਤ੍ਰਿਓਜ਼ੋ ਮਾਰਕੋਸ ਤ੍ਰਿਓਜ਼ੋ ਬ੍ਰਾਜ਼ੀਲ ਪਰਸਨ ਨੇ ਇਹਨਾਂ ਨੂੰ ਅਪੋਇੰਟ ਕੀਤਾ ਗਿਆ ਐਨ ਡੀ ਬੀ ਦੇ ਪ੍ਰੈਜ਼ੀਡੈਂਟ ਐਨ ਡੀ ਬੀ ਦੇ ਪ੍ਰੈਜ਼ੀਡੈਂਟ ਜਾਂ ਕਹਿ ਸਕਦੇ ਹਾਂ ਹੈਡ ਈ ਸੀ ਬੀ ਯੂਰੋਪੀਅਨ ਸੈਂਟਰਲ ਬੈਂਕ 78 ਮੈਂਬਰ ਕੰਟਰੀਜ਼ ਨੇ ਯੂਰੋਪੀਅਨ ਸੈਂਟਰਲ ਬੈਂਕ ਫ੍ਰੈਂਕਫਰਟ ਜਰਮਨੀ ਦੇ ਵਿੱਚ हेडक्वार्टर है और क्रिस्टलीना लगाडे क्रिस्टीना लगाडे इस हेड ने है हु इज़ अपॉइंटेड एज एम्बेसडर एंड परमानेंट रिप्रेजेंटेटिव ऑफ इंडिया इन डब्ल्यू टी ओ वर्ल्ड ट्रेड ऑर्गेनाइजेशन वर्ल्ड ट्रेड ऑर्गेनाइजे गल करते हैं सब तो पहले वर्ल्ड ट्रेड ऑर्गेनाइजेशन नाइनटीन नाइनटी फाइव के बनाई गई थी नाइनटीन नाइनटी फाइव के बनाई गई थी ਜੇਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੈਡਕੁਆਟਰ ਹੈ ਜੇਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੈਡਕੁਆਟਰ ਹੈ ਠੀਕ ਹੈ ਇਸ ਦੇ ਵਿੱਚ ਇੱਕ ਇੰਡੀਅਨ ਪਰਸਨ ਨੂੰ ਪਰਮਨੈਂਟ ਰਿਪ੍ਰেজੈਂਟੇਟਿਵ ਔਰ ਐਮਬੈਸਡਰ ਅਪਾਇੰਟ ਕੀਤਾ ਗਿਆ ਇੰਡੀਆ ਵੱਲੋਂ ਉਹਨਾਂ ਦਾ ਨਾਮ ਹੈ ਬ੍ਰਜੇਂਦਰ ਨਵਨੀਤ ਕੀ ਨਾਮ ਹੈ ਬ੍ਰਜੇਂਦਰ ਨਵਨੀਤ ਬ੍ਰਜੇਂਦਰ ਨਵਨੀਤ ਨੂੰ ਟੀਓ ਦੇ ਵਿੱਚ ਐਮਬੈਸਡਰ ਔਰ ਪਰਮਨੈਂਟ ਰਿਪ੍ਰেজੈਂਟੇਟਿਵ ਇੰਡੀਆ ਵੱਲੋਂ ਅਪਾਇੰਟ ਕੀਤਾ ਗਿਆ ਯਾਦ ਰੱਖਾਂਗੇ ਆਪਾਂ ਠੀਕ ਹੈ ਜੀ ਇਸ ਤੋਂ ਇਲਾਵਾ टी एस त्रिमूर्ति टी एस त्रिमूर्ति अपने अपॉइंट किया यूनाइट नेशन के यूनाइट नेशन केडर अपंट किए गए टी एस त्रिमूर्ति या रिप्रजेंटेटिव कह सकते इंडिया दे से से के टी एस त्रिमूर्ति कपिल देव त्रिपाठी सक्रेटरी अपॉइंट किए गए ये प्रैजीडेंट द प्रैजीडेंट कौन ने रामनाथ कोविंद प्रैजीडेंट रामनाथ कोविंद के सक्रटरी अपॉइंट किए गए कपिल देव त्रिपाठी मनीषा सिंह मनीषा सिंह अमेरिका वलों ਇੰਡੀਆ ਵੱਲੋਂ ਨਹੀਂ ਅਮਰੀਕਾ ਵੱਲੋਂ OECD ਦੇ ਵਿੱਚ ਰਿਪ੍ਰੀਜ਼ੈਂਟੇਟਿਵ ਬਣਾਏ ਗਏ ਸੀ OECD ਦੇ ਵਿੱਚ ਰਿਪ੍ਰੀਜ਼ੈਂਟੇਟਿਵ ਅਮਰੀਕਾ ਵੱਲੋਂ ਮਨੀਸ਼ਾ ਸਿੰਘ ਅਪੁਆਇੰਟ ਕੀਤੇ ਗਏ ਜੇ ਅਰੁਣ ਕੁਮਾਰ ਜੇ ਅਰੁਣ ਕੁਮਾਰ ਵੀ ਅਮਰੀਕਾ ਦੇ ਜੇ ਅਰੁਣ ਕੁਮਾਰ ਅਮਰੀਕਾ ਦੀ ਕ੍ਰਿਕਟ ਟੀਮ ਦੇ ਕ੍ਰਿਕਟ ਟੀਮ ਕਿਹੜੀ ਮੈਨ ਕ੍ਰਿਕਟ ਟੀਮ ਦੇ ਅਮਰੀਕਾ ਦੀ ਮੈਨ ਕ੍ਰਿਕਟ ਟੀਮ ਦੇ ਕੋਚ ਅਪੁਆਇੰਟ ਕੀਤੇ ਗਏ ਜੇ ਅਰੁਣ ਕੁਮਾਰ ਜੇ ਅਰੁਣ ਕੁਮਾਰ ਨੈਕਸਟ ਟਵਿੱਟਰ ਹੈਜ਼ ਅਪੋਇੰਟਡ ਵਿਚ ਐਕਸ ਗੂਗਲ ਚੀਫ ਫਾਈਨੈਂਸ਼ੀਅਲ ਆਫੀਸਰ ਐਸ ਇਟਸ ਨਿਊ ਬੋਰਡ ਚੇਅਰਮੈਨ ਟਵਿੱਟਰ ਨੇ ਕੀ ਕਰਿਆ ਗੂਗਲ ਦੇ ਗੂਗਲ ਦੇ ਚੀਫ ਫਾਈਨੈਂਸ਼ੀਅਲ ਆਫੀਸਰ ਸੀਐਫਓ ਗੂਗਲ ਦੇ ਚੀਫ ਫਾਈਨੈਂਸ਼ੀਅਲ ਆਫੀਸਰ ਰਹਿ ਚੁੱਕੇ ਇੱਕ ਪਰਸਨ ਨੂੰ ਆਪਣੇ ਬੋਰਡ ਦਾ ਚੇਅਰਮੈਨ ਬਣਾਇਆ ਬੋਰਡ ਦਾ ਚੇਅਰਮੈਨ ਬਣਾਇਆ ਕੀ ਨਾਮ ਹੈ ਪੈਟ੍ਰਿਕ ਪਿਸਟੇਟੇ ਪੈਟ੍ਰਿਕ ਪਿਚੇਟੀ ਪੈਟ੍ਰਿਕ ਪਿਚੇਟੀ ਨੂੰ ਟਵਿੱਟਰ ਨੇ ਆਪਣੇ ਬੋਰਡ ਦਾ ਚੇਅਰਮੈਨ ਬਣਾਇਆ ਇਹ ਗੂਗਲ ਦੇ ਵਿੱਚ ਚੀਫ ਫਾਈਨੈਂਸ਼ੀਅਲ ਆਫੀਸਰ ਵੀ ਰਹਿ ਚੁੱਕੇ ਨੇ ਅੱਛਾ ਗੂਗਲ ਦੇ ਸੀਈਓ ਕੌਣ ਨੇ ਸੁੰਦਰ ਪਿਚਈ ਗੂਗਲ ਦੇ ਸੀਈਓ ਨੇ ਸੁੰਦਰ ਪਿਚਈ ਇਸ ਤੋਂ ਇਲਾਵਾ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਸੀਈਓ ਵੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਸੀਈਓ ਵੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਸੁਜ਼ੈਨ ਵੋਚੀ ਕੀ ਸੁਜ਼ੈਨ ਵੋਚੀ ਕੀ YouTube ਦੀ ਗੱਲ ਕਰੀਏਗਾ ਆਪਾਂ YouTube ਦੇ CEO ਨੇ Susan Wojcicki ਇਹਨਾਂ ਦੁਆਰਾ ਅਗਰ ਆਪਾਂ ਨਿਊਜ਼ ਦੀ ਗੱਲ ਕਰੀਏ ਤਾਂ YouTube ਦੀ ਸਟ੍ਰੀਮਿੰਗ ਕੁਆਲਿਟੀ ਨੂੰ ਇੰਡੀਆ ਦੇ ਵਿੱਚ YouTube ਦੀ ਸਟ੍ਰੀਮਿੰਗ ਕੁਆਲਿਟੀ ਨੂੰ ਰਿਡਿਊਸ ਕੀਤਾ ਗਿਆ ਸੀ ਟੂ ਰਿਡਿਊਸ ਸਟ੍ਰੇਨ ਔਨ ਇੰਟਰਨੈਟ ਜੈਕ ਡੋਰਸੀ ਜੈਕ ਡੋਰਸੀ ਟਵਿੱਟਰ ਦੇ ਹੈੱਡ ਨੇ ਟਵਿੱਟਰ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਟਵਿੱਟਰ ਦੇ ਹੈੱਡ ਕੋਨ ਨੇ ਜੈਕ ਡੋਰਸੀ ਸੀਈਓ ਨੇ ਟਵਿੱਟਰ ਦੇ ਠੀਕ ਹੈ ਜੀ ਇਹਨਾਂ ਦਾ ਨਾਮ ਇੰਪੋਰਟੈਂਟ ਬੰਦਾ ਯਾਦ ਰੱਖਣਾ ਟਵਿੱਟਰ ਦੇ ਸੀਈਓ ਨੇ ਜੈਕ ਡੋਰਸੀ ਇਨਾ ਦੁਆਰਾ ਇਨਾ ਦੁਆਰਾ ਕੋਵਿਡ 19 ਦੇ ਲਈ ਇਨਾ ਦੁਆਰਾ ਕੋਵਿਡ 19 ਦੇ ਲਈ ਅਮਾਉਂਟ ਅਨਾਉਂਸ ਕੀਤੀ ਗਈ ਸੀ ਕੋਈ ਕਮੈਂਟ ਬਾਕਸ ਦੇ ਵਿੱਚ ਦੱਸ ਸਕਦਾ ਕਿੰਨੀ ਅਮਾਉਂਟ ਅਨਾਉਂਸ ਕੀਤੀ ਗਈ ਸੀ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਆਪਣੇ ਫਰੈਂਡਸ ਦੇ ਨਾਲ ਜਿੱਥੇ ਵੀ ਸ਼ੇਅਰ ਕਰ ਸਕਦੇ ਹੋ WhatsApp Telegram Hike